ਕੋਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਅੱਜ ਆਪਾਂ ਜਿਹੜੀ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਆ ਤੁਸੀਂ ਦੇਖੋਗੇ ਦੇਖਦੀ ਰਹੋਗੇ ਦੇਖਣ ਵਾਲੀ ਕੋਠੀ ਵੀ ਹੈ ਜੀ ਸਾਰੀ ਆਪਾਂ ਗੱਲਬਾਤ ਕਰਾਂਗੇ ਤੇ ਇਹ ਗੱਲਬਾਤ ਆਪਾਂ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਤਾਂ ਤੁਸੀਂ ਕੋਠੀ ਦਾ ਦੇਖਿਆ ਜੀ ਡਰਾਈਂਗ ਰੂਮ ਡਰਾਈਂਗ ਰੂਮ ਤੁਸੀਂ ਦੇਖ ਲਾ ਤੇ ਆ ਗਿਆ ਜੀ ਸਾਰਾ ਲੋਬੀ ਦਾ ਏਰੀਆ ਤੇ ਇੱਕ ਪਾਸੇ ਪੌੜੀਆਂ ਕਿਚਨ ਦੇ ਉੱਪਰ ਦੀ ਜਾਂਦੀ ਹੈ ਤੇ ਆ ਗਿਆ ਜੀ ਆਪਣਾ ਕੋਠੀ ਦਾ ਕਿਚਨ ਨੀਚੇ ਵਾਲਾ ਕਿਚਨ ਸਾਰਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਬਾਕਸ ਵਗੈਰਾ ਤੇ ਸਾਰਾ ਕੁਝ ਲਵਾਇਆ ਹੋਇਆ ਹੈ ਤੇ ਜਿਹੜੀ ਪੋੜੀਆਂ ਨੇ ਇਹ ਤੇ ਗ੍ਰਿੱਲ ਲੱਗੀ ਹੋਈ ਆ ਤੇ ਆ ਆ ਗਿਆ ਜੀ ਸਾਰਾ ਲੋਬੀ ਦਾ ਏਰੀਆ ਤੇ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਜੀ ਮੈਂ ਦੱਸਣੀ ਚਾਹੁੰ ਆ ਜਿਹੜੀ ਕੋਠੀ ਆ ਇਹਦੀ ਜਿੰਨੀਆਂ ਵੀ ਕੰਧਾਂ ਨੇ ਕਮਰੇ ਚ ਬਾਥਰੂਮ ਤੇ ਕਿਚਨ ਸਾਰੇ ਕਿਤੇ ਇਹਨਾਂ ਨੇ ਟਾਈਲਾਂ ਲਵਾਈਆਂ ਹੋਈਆਂ ਜੜੀਆਂ ਵਾਲਟਾਈਲਾ ਹੁੰਦੀਆਂ ਸਾਰੇ ਤੇ ਲਵਾਈਆਂ ਹੋਈਆਂ ਆਪਾਂ ਨੂੰ ਸਾਰੀ ਉਮਰ ਰੰਗ ਕਰਾਉਣ ਦੀ ਲੋੜ ਨਹੀਂ ਨਾ ਤਾਂ ਕੋਈ ਸਲਾਹ ਆਉਂਦੀ ਹੈ ਸਲਾਹ ਤੋਂ ਛੁਟਕਾਰਾ ਆਪਾਂ ਨੂੰ ਜਮਾ ਮਿਲ ਜੂਗਾ ਬਾਕੀ ਜੜੀਆਂ ਪੌੜੀਆਂ ਨੇ ਤੁਸੀਂ ਉਹ ਵੀ ਦੇਖ ਲਓ ਉਹਨਾਂ ਤੇ ਵੀ ਪੱਥਰ ਇਹਨਾਂ ਨੇ ਲਵਾਇਆ ਹੋਏਗਾ ਆਪਾਂ ਪਹੁੰਚ ਗਏ ਉੱਪਰਲੀ ਮੰਜ਼ਲ ਤੇ ਉੱਪਰ ਤੁਸੀਂ ਦੇਖੋ ਜੀ ਸਾਰੀ ਲੋਬੀ ਆ ਗਈ ਵਧੀਆ ਜੋੜੀਆਂ ਜੜੀਆਂ ਸਾਰੀਆਂ ਲੱਗੀਆਂ ਹੋਈਆਂ ਇੱਕ ਪਾਸੇ ਆਪਣੀਆਂ ਪੌੜੀਆਂ ਆਗੀਆਂ ਤੇ ਬਿਲਕੁਲ ਸਾਹਮਣੇ ਆ ਗਿਆ ਕਿਚਨ ਉੱਪਰ ਦਾ ਕਿਚਨ ਆ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੀ ਪਹਿਲਾਂ ਆਪਾਂ ਲੈ ਕੇ ਚੱਲਦੇ ਆ ਬੈੱਡਰੂਮ ਦੇ ਅੰਦਰ ਜੀ ਕੱਪ ਬੋਰਡ ਸਾਰੇ ਬਣੇ ਹੋਏ ਆ ਤੁਸੀਂ ਦੇਖੋ ਇੱਕ ਪਾਸੇ ਵਿੰਡੋ ਬਣੀ ਹੋਈ ਆ ਉਹਦੇ ਵਿੱਚ ਸ਼ੀਸ਼ਾ ਪਾਇਆ ਹੋਇਆ ਪੂਰਾ ਡਿਜ਼ਾਈਨ ਵਾਲਾ ਤੇ ਹੁਣ ਆਪਾਂ ਤੁਹਾਨੂੰ ਕਿਚਨ ਦਿਖਾ ਦਿੰਨੇ ਆ ਕਿਚਨ ਤੁਸੀਂ ਦੇਖੋ ਜੀ ਪੂਰਾ ਮੋਡਰਨ ਤਰੀਕੇ ਨਾਲ ਤਿਆਰ ਕਰਵਾਇਆ ਹੋਇਆ ਕਿਚਨ ਵਧੀਆ ਪਾਣੀ ਦੀ ਸਪਲਾਈ ਬਾਕਸ ਵਗੈਰਾ ਸਾਰੇ ਬਣੇ ਹੋਏ ਆ ਕੱਪ ਬੋਰਡ ਬਾਲ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਬਾਕਸ ਉੱਪਰ ਵੀ ਸਾਰੇ ਬਣੇ ਹੋਏ ਆ ਜਮਾ ਪੂਰਾ ਟੌਪ ਦਾ ਇਹਨਾਂ ਨੇ ਕਰਵਾਇਆ ਹੋਇਆ ਕਿਚਨ ਤਿਆਰ ਤੇ ਆ ਜਿਹੜਾ ਕਿਚਨ ਹੈ ਦੇ ਵਿੱਚ ਚਿਮਨੀ ਵੀ ਲੱਗੀ ਹੋਈ ਹੈ ਜੀ ਤੇ ਉੱਪਰਲੀ ਮੰਜ਼ਲ ਵੀ ਸੇਮ ਜੀ ਹੈ ਜਿਹੋ ਜੀ ਨੀਚੇ ਹੈ ਉਹੋ ਜੀ ਉੱਪਰ ਹੈ ਜੀ ਤੇ ਇਹੋ ਜੀ ਜਮਾ ਉੱਪਰ ਹੈ ਤਿੰਨ ਮੰਜ਼ਲੀਆਂ ਹਾ ਕੂਠੀ ਹੈ ਤੇ ਤਿੰਨੋਂ ਮੰਜ਼ਲੀਆਂ ਤਿਆਰ ਕਰਵਾਈਆਂ ਹੋਈਆਂ ਤੇ ਤਿੰਨੋਂ ਮੰਜ਼ਲੀਆਂ ਨੇ ਪੂਰੀ ਵਧੀਆ ਕੰਪਲੀਟ ਇਹਨਾਂ ਨੇ ਕਰਵਾਈਆਂ ਹੋਈਆਂ ਪੂਰੀ ਸ਼ੌਂਕੀਆ ਕੂਠੀਆ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਤੇ ਜਿੰਨੀ ਵੱਡੀ ਕੂਠੀ ਹੈ ਰੇਟ ਇਹਨਾਂ ਨੇ ਉਨਾ ਹੀ ਘੱਟ ਲਾਇਆ ਜੀ। ਬਾਕੀ ਆਪਾਂ ਰੇਟ ਦੀ ਵੀ ਅੱਗੇ ਗੱਲਬਾਤ ਕਰਾਂਗੇ ਕਿ ਜਿਹੜਾ ਏਰੀਆ ਕਿੱਥੇ ਕੋਠੀ ਹੈ ਕਿੰਨੀ ਜਗ੍ਹਾ ਸਾਰਾ ਕੁਝ ਦਿਖਾਵਾਂਗੇ। ਤੇ ਸਾਰਾ ਕੁਝ ਦੱਸਾਂਗੇ ਦਿਖਾਵਾਂਗੇ ਸਾਰੀ ਕੋਠੀ ਠੀਕ ਹੈ ਜੀ। ਬਾਕੀ ਆਪਾਂ ਬਾਹਰਲੀ ਸਾਈਡ ਲੈ ਕੇ ਆਗੇ ਤੁਹਾਨੂੰ ਉੱਪਰ ਬਾਲਕਨੀ ਦੇ ਵਿੱਚ ਇਸ ਵਿੱਚ ਇੱਕ ਬਾਸ਼ਪੇਸ਼ਨ ਲੱਗਿਆ ਹੋਇਆ ਟੂਟੀ ਲੱਗੀ ਹੋਈ ਹੈ ਤੇ ਬਾਹਰ ਵੀ ਤੁਸੀਂ ਦੇਖੋ ਜੀ ਬਾਹਰ ਵੀ ਇਹਨਾਂ ਨੇ ਕੰਧਾਂ ਤੇ ਟਾਈਲਾਂ ਲੁਵਾਈਆਂ ਹੋਈਆਂ। ਕੋਠੀ ਇਹ ਜਿਹੜੀ ਆ ਹ ਰੀਜਨ ਨਾਲ ਤਿਆਰ ਕਰਵਾਈ ਹੋਈ ਹੈ ਤੇ ਕੋਠੀ ਸੋਹਣੀ ਵੀ ਆ ਤੇ ਸੋਹਣੀ ਤਿਆਰ ਵੀ ਕਰਵਾਈ ਹੋਈ ਆ ਤੇ ਪੈਸਾ ਵੀ ਕਾਫੀ ਲੱਗਿਆ ਪਰ ਇਹਨਾਂ ਨੇ ਸੇਲ ਕਰਨੀ ਹੈ ਬਹੁਤ ਘੱਟ ਰੇਟ ਦੇ ਵਿੱਚ ਤੇ ਇਹਨਾਂ ਨੇ ਡਿਮਾਂਡ ਸਿਰਫ ਆਪਣੇ ਕੋਲੇ ਲਾ ਕੇ ਭੇਜੀ ਆ ਇੱਕ ਵਾਰੀ 32 ਲੱਖ ਰੁਪਇਆ ਚ ਤੇ ਮਾਲਕ ਕਹਿੰਦੇ ਸੀਗੇ ਜਿਹੜਾ ਰੇਟ ਹੈ ਮੌਕੇ ਤੇ ਅਸੀਂ ਹੋਰ ਵੀ ਘੱਟ ਕਰ ਲਾਂਗੇ ਬਾਕੀ ਵਧੀਆ ਕੋਠੀ ਆ ਤੇ ਕਿਚਨ ਵਧੀਆ ਬਣਿਆ ਹੋਇਆ ਕਿਚਨ ਦਾ ਸਮਾਨ ਵਗੈਰਾ ਜੋ ਵੀ ਕੱਪ ਬੋਰਡ ਹੈ ਗਿਆ ਇੱਕ ਬੈਡਰੂਮ ਸੀਗਾ ਉਹਦੇ ਵਿੱਚ ਵੀ ਕੱਪ ਬੋਰਡ ਬਣੇ ਹੋਏ ਸੀਗੇ ਉਹ ਸਾਰਾ ਕੁਝ ਨਾਲ ਹੀ ਸੇਲ ਕਰਨਾ ਚਾਹੀਦਾ ਆਗੇ ਜੇ ਆਪਾਂ ਉੱਪਰ ਤੇ ਬੈਡਰੂਮ ਤੁਸੀਂ ਦੇਖ ਲਿਆ ਹੋਊਗਾ ਠੀਕ ਹੈ ਤੁਸੀਂ ਉੱਪਰ ਲੀਆਂ ਕੰਦਾ ਵੀ ਤੁਸੀਂ ਦੇਖ ਲਓ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲਵਾਈਆਂ ਹੋਈਆਂ ਤੇ ਟਾਈਲਾਂ ਵੀ ਪੂਰੀ ਵਧੀਆ ਕੁਆਲਿਟੀ ਦੀ ਇਹਨਾਂ ਨੇ ਲਵਾਈਆਂ ਜੀ ਤੇ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਰੰਗ ਕਰਾਉਣੀ ਹੈ ਕੋਠੀ ਨੂੰ ਤਾਂ ਰੰਗ ਕਿੰਨਾ ਟਾਈਮ ਲੱਗਦਾ ਬਹੁਤ ਘੱਟ ਟਾਈਮ ਰੰਗ ਚੱਲਦਾ ਹੈ نیچےੋਂ-नीचेੋਂ ਤਾਂ ਕੋਈ 2-4 ਮਹੀਨੇ ਹੀ ਮਸਾ ਖਰਦਾ ਉਹ ਤੋਂ ਪਹਿਲਾਂ ਤਾਂ ਪਾਪੜੀਆਂ ਜਿ ਬਣ ਬਣ ਕੇ ਸੋਰੇ ਨਾਲ ਲੈਣ ਲੱਗ ਜਾਂਦਾ ਤਾਂ ਕਰਕੇ ਇਹਨਾਂ ਨੇ ਲੁਵਾਤੀਆਂ ਟਾਇਲਾਂ ਸਾਰੇ ਕਿਤੇ ਤੇ ਸੋਰੇ ਵਾਲਾ ਤੇ ਰੰਗ ਵਾਲਾ ਝੰਝਟ ਇਹਨਾਂ ਨੇ ਖਤਮ ਕਰਤਾ ਬਾਕੀ ਜੋੜੀਆਂ ਜਾੜੀਆਂ ਸਾਰੀਆਂ ਇਹਨਾਂ ਨੇ ਲੁਵਾਈਆਂ ਹੋਈਆਂ ਤੇ ਉੱਪਰ ਜੋੜੀਆਂ ਤੁਸੀਂ ਦੇਖੋ ਜੀ ਇਹਨਾਂ ਨੇ ਸਿਲਵਰ ਦੀਆਂ ਲੁਵਾਈਆਂ ਹੋਈਆਂ ਬਾਕੀ ਵਧੀਆ ਬਾਥਰੂਮ ਨੇ ਬਾਥਰੂਮ ਇਹਨਾਂ ਨੇ ਤਿਆਰ ਕਰਵਾਏ ਹੋਏ ਆ ਤੇ ਕਮੀ ਕੋਈ ਨਹੀਂ ਹੈਗੀ ਜੀ ਕੋਠੀ ਚ ਬਾਕੀ 32 ਲੱਖ ਰੁਪਏ ਇੱਕ ਵਾਰੀ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਸੀ ਕੋਈ ਗੱਲ ਨਹੀਂ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਆਜੋ ਚ ਆਜੋ ਤੁਸੀਂ ਜਾ ਕੇ ਤੁਸੀਂ ਦੇਖ ਲਿਓ ਤੇ ਮਾਲਕ ਨਾਲ ਬਹਿ ਕੇ ਗੱਲਬਾਤ ਕਰ ਲਿਓ ਕੋਠੀ ਦੇਖ ਲਿਓ ਤੇ ਉਹ ਤੋਂ ਬਾਅਦ ਮਾਲਕ ਕਹਿੰਦੇ ਸੀਗੇ ਆਪਣਾ ਸੌਦਾ ਹੋਊਗਾ ਤੇ ਜਿਹੜਾ ਰੇਟ ਹੈ ਮੌਕੇ ਤੇ ਥੋੜਾ ਬਹੁਤਾ ਲੈਸ ਹੋ ਵੀ ਜਾਊਗਾ ਜੀ ਬਾਕੀ ਇੱਕ ਵਾਰੀ ਡਿਮਾਂਡ ਹੈ ਇਹ ਜਿਹੜੀ ਕੋਠੀ ਹੈ ਵਧੀਆ ਏਰੀਆ ਦੇ ਵਿੱਚ ਆਪਣੇ ਕੋਲ ਪਹੁੰਚੀ ਆ। ਏਰੀਆ ਵਧੀਆ ਇਹਨਾਂ ਦਾ ਤੇ ਸਾਰਾ ਕੁਝ ਹੀ ਵਧੀਆ ਟੋਟਲ ਗੱਲਬਾਤ ਆਪਾਂ ਸਾਰੀ ਕਰੀਏ ਤਾਂ ਪੂਰੀ ਗੱਲਬਾਤ ਪੂਰੀ ਵਧੀਆ ਹੈ ਇਹਨਾਂ ਦੀ ਕੋਠੀ ਦੀ ਜੀ। ਤੇ ਜਮਾਂ ਆਪਾਂ ਉੱਪਰ ਪਹੁੰਚ ਗਏ। ਉੱਪਰੋਂ ਜਿਹੜੀ ਛੱਤ ਹੈ ਇਹਨਾਂ ਨੇ ਸਾਰੀ ਪੱਕੀ ਕਰਵਾਈ ਹੋਈ ਹੈ। ਤੇ ਉੱਪਰ ਜਮਾਂ ਮੌਂਟੀ ਆ ਗਈ। ਠੀਕ ਹੈ ਜੀ ਮੌਂਟੀ ਦੇ ਅੰਦਰ ਵੀ ਟਾਈਲਾਂ ਇਹਨਾਂ ਨੇ ਲਵਾਇਆਂ ਹੋਈਆਂ। ਤੇ ਜਿਹੜੀ ਆਪਣੇ ਕੋਲੇ ਜਾਣਕਾਰੀ ਪਹੁੰਚੀ ਆ ਉਹ ਹੈ ਜੀ ਪੰਜ ਬੈਡਰੂਮ ਨੇ ਦੇ ਵਿੱਚ ਪਲੱਸ ਇੱਕ ਬੱਚਿਆਂ ਵਾਲਾ ਰੂਮ ਹੈ ਤੇ ਫਿਕਸ ਬੈੱਡ ਹੈ ਜੀ ਦੋ ਬਾਥਰੂਮ ਹੈ ਤਿੰਨ ਕਿਚਨ ਹੈ ਤੇ ਤਿੰਨ ਸਟੋਰੀਆਂ ਕੋਠੀ ਹੈ ਜੀ ਤਿੰਨ ਮੰਜ਼ਲੀ ਕੋਠੀ ਹੈ 32 ਲੱਖ ਰੁਪਏ ਡਿਮਾਂਡ ਹੈ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜੀ ਆਪਣੇ ਕੋਲੇ ਕੋਠੀ ਪਹੁੰਚੀ ਆ ਇਹਦੀ ਜਗ੍ਹਾ ਚਾਰ ਮਰਲੇ ਚਾਰ ਮਰਲੇ ਜਗਾਂ ਦੇ ਵਿੱਚ ਆ ਕੋਠੀ ਬਣੀ ਹੋਈ ਆ ਠੀਕ ਹੈ ਜੀ ਚਾਰ ਮਾਰਲੇ ਜਗ੍ਹਾ ਹੈ ਤੇ ਇਹਨਾਂ ਦਾ ਏਰੀਆ ਹੈਗਾ ਜਿੱਥੇ ਕੋਠੀ ਹੈ ਗੁਰਾਇਆ ਜੀ ਗੁਰਾਇਆ ਸਿਟੀ ਉੱਥੇ ਕੋਠੀ ਪੈ ਜਾਂਦੀ ਆਹ ਬਾਕੀ ਤੁਸੀਂ ਮਾਲਕ ਨੂੰ ਫੋਨ ਕਰ ਲਿਓ கரੈਕਟ ਲੋਕੇਸ਼ਨ ਤੁਹਾਨੂੰ ਉਹ ਆਪ ਹੀ ਦੱਸ ਦੇਣਗੇ ਜੀ ਤੇ ਜਿਨ੍ਹਾਂ ਦੀ ਕੋਠੀ ਆ ਉਹਨਾਂ ਦਾ ਨੰਬਰ ਕਰੋ ਨੋਟ ਨੰਬਰ ਹੈ 97 800 ਪੂਰਾ 48 900 ਪੂਰਾ ਤੇ ਨੰਬਰ ਬਾਕੀ ਸਕਰੀਨ ਤੇ ਦਿੱਤਾ ਹੋਇਆ ਤੇ ਫੋਨ ਕਰ ਲਓ ਤੁਸੀਂ ਮਾਲਕ ਨੂੰ ਤੇ ਗੱਲਬਾਤ ਕਰਕੇ ਤੇ ਆਪ ਦੀ ਪੂਰੀ ਜਾਣਕਾਰੀ ਲੈ ਲਿਓ ਤੇ ਜਾਣਕਾਰੀ ਲੈ ਕੇ ਕੁਝ ਵੀ ਹੋਰ ਪੁੱਛਣਾ ਕਰਨਾ ਹੋਵੇ ਪੁੱਛ ਲਿਓ ਤੇ ਕੋਠੀ ਦੀ ਡੀਲ ਤੇ ਸੌਦਾ ਕਰ ਸਕਦੇ ਹਾਂ ਜੀ। ਬਾਕੀ ਕੋਠੀ ਦੇਖਣ ਵਾਲੀ ਐ ਤੇ ਸੋਹਣੀ ਵੀ ਐ। ਸਾਰਾ ਕੰਮ ਵੀ ਕੰਪਲੀਟ ਕਰਵਾਇਆ ਹੋਇਆ ਤੇ ਮੈਨੂੰ ਜਿਹੜਾ ਟਾਈਲ ਵਾਲਾ ਕੰਮ ਐ ਉਹ ਬਹੁਤ ਪਸੰਦ ਆਇਆ ਜੀ। ਸਾਰੇ ਕਿਤੇ ਟਾਈਲਾਂ ਲਗਾਉਣੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ। ਬਹੁਤ ਪੈਸਾ ਲੱਗ ਜਾਂਦਾ ਕਲੀਅਰ ਟਾਈਲਾਂ ਟਾਈਲਾਂ ਜੀ। ਆਪਾਂ ਨੂੰ ਪਤਾ ਹੀ ਹੈ ਤੁਸੀਂ ਦੇਖ ਦੇਖਦੇ ਹੁੰਦੇ ਹੋ ਜੀ ਤੁਸੀਂ ਵੀ ਲੁਵਾਇਆਂ ਹੋਣਗੀਆਂ ਆਪਦੇ ਘਰੇ ਕੋਠੀ 'ਚ ਚਾਹੇ ਕਿਚਨ 'ਚ ਲਾ ਲਓ ਚਾਹੇ ਬਾਥਰੂਮ 'ਚ ਲਾ ਲਓ ਕਿੰਨੀਆਂ ਮਹਿੰਗੀਆਂ ਆਉਂਦਾ ਇੱਕ ਡੱਬਾ ਹੀ ਕਾਫੀ ਮਤਲਬ ਹਾਈ ਰੇਟ ਦਾ ਪੈ ਜਾਂਦਾ ਜੇ ਆਪਾਂ ਵਧੀਆ ਕੁਆਲਿਟੀ ਦੀ ਲੈਣੀ ਹੋਵੇ ਤੇ ਇਹਨਾਂ ਨੇ ਤਾਂ ਪਤਾ ਨਹੀਂ ਕਿੰਨੇ ਕ ਡੱਬੇ ਲੁਵਾਏ ਆ ਜੀ ਬਾਕੀ ਕੋਠੀ ਸੋਹਣੀ ਆ ਰੇਟ ਵੀ ਠੀਕ ਆ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਕੋਠੀ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਤੇ ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਕਰੋ ਫੋਨ ਮਾਲਕ ਨੂੰ ਤੇ ਗੱਲਬਾਤ ਕਰੋ ਤੇ ਕੋਠੀ ਨੂੰ ਖਰੀਦੋ ਜੀ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਸੀਗੀ ਤੁਹਾਨੂੰ ਆਪਾਂ ਦਿਖਾਤੀ ਤੇ ਕਿਵੇਂਦ ਲੱਗੀ ਵੀਡੀਓ ਜਰੂਰ ਦੱਸੋ ਕਮੈਂਟ ਕਰਕੇ ਵੀਡੀਓ ਪਸੰਦ ਆਈ ਹੋਵੇ ਕੋਠੀ ਪਸੰਦ ਆਈ ਹੋਵੇ ਤੁਹਾਨੂੰ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੈਥੋਂ ਵੱਡੇ ਬਜ਼ੁਰਗ ਲਾਈਕ ਸਾਰੇ ਜਣੇ ਤੁਸੀਂ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਣੇ 1 ਲੱਖ ਸਬਸਕ੍ਰਾਈਬ ਹੋਣ 'ਚ ਥੋੜੀ ਕਮੀ ਰਹਿ ਗਈ ਤੇ ਜਲਦੀ ਕਰਵਾ ਦਿਓ ਆਪਣਾ ਪਰਿਵਾਰ ਆ ਜਿਹੜਾ ਕਾਫੀ ਵੱਡਾ ਹੋਜੂਗਾ ਜੀ ਬਾਕੀ ਤੁਹਾਡੇ ਸਪੋਰਟ ਕਰਕੇ ਹੋਣਾ ਸਾਰਾ ਕੁਝ ਤੁਸੀਂ ਦੇਖਦੇ ਹੋ ਤਾਂ ਹੀ ਹੁੰਦਾ ਜੀ ਬਾਕੀ ਕਰਿਆ ਕਰੋ ਜੀ ਸਪੋਰਟ ਫੁੱਲ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਕੋਠੀ ਮਕਾਨ ਹਵੇਲੀ ਕੋਈ ਵੀ ਕੁਝ ਵੀ ਵੇਚਣ ਵਾਸਤੇ ਹੋਵੇ ਆਪਣੇ ਵਟਸਐਪ ਨੰਬਰ ਤੇ ਪੂਰੀ ਵਧੀਆ ਫੋਨ ਨੂੰ ਟੇਡਾ ਕਰਕੇ ਜਿਵੇਂ ਕਿ ਇਹਨਾਂ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਇਸ ਤਰ੍ਹਾਂ ਦੀ ਵੀਡੀਓ ਫੋਨ ਨੂੰ ਟੇਡਾ ਕਰਕੇ ਹੀ ਬਣਾਉਣੀ ਆ ਜਾਣਕਾਰੀ ਸਾਰੀ ਤੇ 10-12 ਫੋਟੋਆਂ ਭੇਜ ਦੂੰ ਐਡ ਆਪਾਂ ਜਲਦੀ ਤੁਹਾਡੀ ਲਗਾ ਦਾਂਗੇ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੀ ਵੀਡੀਓ ਦੇਖੀ ਤੇ ਸਪੋਰਟ ਤੁਸੀਂ ਬਹੁਤ ਕਰਦੇ ਹੋ ਬਹੁਤ ਬਹੁਤ ਧੰਨਵਾਦ ਹੈ ਦਿਲ ਤੋਂ